ਹੁਣ ਸੜਕਾਂ ਤੇ ਵੀ ਸੁਰੱਖਿਅਤ ਨਹੀਂ ਰਹੇ ਲੋਕ। ਦੇਖੋ ਕਿਵੇਂ ਔਰਤ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਤੇ ਔਰਤ ਤੋਂ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ ਨੇ ਲੁਟੇਰੇ। ਦੱਸ ਦਈਏ ਕਿ ਪਹਿਲਾਂ ਤੋਂ ਹੀ ਔਰਤ ਦੇ ਆਉਣ ਦੀ ਤਾਕਤ ਸੀ। ਦਰਅਸਲ ਔਰਤ ਕੋਲੇ ਪੈਸਿਆਂ ਵਾਲਾ ਬੈਗ ਸੀ ਜਿਸ ਨੂੰ ਇਹ ਲੁਟੇਰੇ ਖੋ ਕੇ ਲੈ ਗਏ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਇੱਕ ਚਿੱਟੇ ਰੰਗ ਦੀ ਵਰਨਾ ਗੱਡੀ ਤੁਹਾਨੂੰ ਦਿਖਾਈ ਦੇ ਰਹੀ ਹੈ, ਜਿਹੜੀ ਔਰਤ ਤੁਰ ਕੇ ਆ ਰਹੀ ਹੈ ਉਸ ਵੱਲ ਮੁੜਦੀ ਹੈ, ਯੂ ਟਰਨ ਲੈਂਦੀ ਹੈ। ਜਦੋਂ ਔਰਤ ਜਾ ਰਹੀ ਹੁੰਦੀ ਹੈ ਉਸ ਦੇ ਹੱਥ ਦੇ ਵਿੱਚ ਇੱਕ ਪੈਸਿਆਂ ਵਾਲਾ ਬੈਗ ਹੁੰਦਾ, ਲਿਫਾਫਾ ਭਰਿਆ ਹੁੰਦਾ ਪੈਸਿਆਂ ਦਾ, ਤਾਂ ਉਹ ਖੋ ਕੇ ਲੁਟੇਰੇ ਫਰਾਰ ਹੋ ਜਾਂਦੇ ਨੇ। ਔਰਤ ਲੁਟੇਰਿਆਂ ਦਾ ਪਿੱਛਾ ਕਰਦੀ ਹੈ, ਲੁਟੇਰੇ ਦੀ ਬਾਂਹ ਫੜਦੀ ਹੈ, ਪਰ ਲੁਟੇਰਾ ਔਰਤ ਨੂੰ ਲੱਤ ਮਾਰ ਕੇ ਸੁੱਟ ਦਿੰਦਾ ਹੈ ਤੇ ਲੁਟੇਰਿਆਂ ਦੀ ਗੱਡੀ ਦੇ ਪਿੱਛੇ ਭੱਜ ਰਹੀ ਹੈ ਔਰਤ। ਦਰਅਸਲ ਇਹ ਔਰਤ ਪੈਸੇ ਦੇਣ ਲਈ ਸ਼ਹਿਰ ਆਈ ਹੋਈ ਸੀ, ਲਿਮਿਟ ਇਸਨੇ ਭਰਨੀ ਸੀ ਤੇ ਇਹ ਘਰੋਂ 7 ਲੱਖ ਰੁਪਇਆ ਲੈ ਕੇ ਆਈ ਸੀ ਤੇ ਇਸ ਦਾ ਸਾਰਾ ਪਰਿਵਾਰ ਬਾਕੀ ਦਾ ਵਿਦੇਸ਼ ਦੇ ਵਿੱਚ ਰਹਿੰਦਾ ਹੈ ਤੇ ਲਿਮਿਟ ਭਰਨ ਔਰਤ ਸ਼ਹਿਰ ਦੇ ਵਿੱਚ ਆਈ। ਜਦੋਂ ਇਹ ਆ ਰਹੀ ਸੀ ਤਾਂ ਇੱਕ ਕਾਰ ਲੁਟੇਰਿਆਂ ਦੀ ਭਰੀ ਹੋਈ ਸੀ, ਉਹ ਇਸ ਦਾ ਪਿੱਛਾ ਕਰ ਰਹੀ ਸੀ। ਇੱਕ ਲੁਟੇਰਾ ਪਹਿਲਾਂ ਹੀ ਖੜਾ ਸੀ ਤੇ ਜਦੋਂ ਇਹ ਔਰਤ ਉੱਥੋਂ ਲੰਘਣ ਲੱਗਦੀ ਹੈ ਤਾਂ ਉਸ ਤੋਂ ਪੈਸਿਆਂ ਨਾਲ ਭਰਿਆ ਬੈਗ ਖੋਹ ਲੈਂਦਾ ਹੈ। ਹਾਲਾਂਕਿ ਭੀੜ ਭਾੜ ਵਾਲਾ ਇਲਾਕਾ ਹੈ, ਦਿਨ ਦਿਹਾੜੇ ਲੁੱਟ ਦੀ ਵਾਰਦਾਤ ਵਾਪਰੀ ਹੈ। ਦੱਸ ਦਈਏ ਕਿ ਚਿੱਟੇ ਦਿਨ ਇਹ ਵਾਰਦਾਤ ਵਾਪਰੀ ਹੈ ਮੋਗਾ ਦੇ ਬਾਘਾ ਪੁਰਾਣਾ ਦੇ ਵਿੱਚ, ਜਿੱਥੇ ਵਰਨਾ ਕਾਰ ਦੇ ਵਿੱਚ ਆਏ ਲੁਟੇਰਿਆਂ ਦੇ ਵੱਲੋਂ ਇਸ ਔਰਤ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤੇ ਔਰਤ ਤੋਂ ਪੈਸਿਆਂ ਨਾਲ ਭਰਿਆ ਬੈਗ ਖੋਹ ਕੇ ਫਰਾਰ ਹੋ ਗਏ ਨੇ। ਦੱਸ ਦਈਏ ਕਿ ਪਹਿਲਾਂ ਹੀ ਇਹ ਕਾਰ ਸਵਾਰ ਮਹਿਲਾ ਦਾ ਪਿੱਛਾ ਕਰ ਰਹੇ ਸੀ, ਇਸ ਔਰਤ ਦਾ ਪਿੱਛਾ ਕਰ ਰਹੇ ਸੀ। ਜਿਵੇਂ ਹੀ ਇਹ ਔਰਤ ਸੜਕ ਤੇ ਜਾ ਰਹੀ ਸੀ ਤਾਂ ਪਹਿਲਾਂ ਤੋਂ ਹੀ ਤਾਕ ਦੇ ਵਿੱਚ ਖੜੇ ਲੁਟੇਰਿਆਂ ਨੇ ਇਸ ਨੂੰ ਨਿਸ਼ਾਨਾ ਬਣਾਇਆ ਤੇ ਇਸ ਤੋਂ ਪੈਸਿਆਂ ਵਾਲਾ ਬੈਗ ਖੋ ਕੇ ਫਰਾਰ ਹੋ ਗਏ। ਔਰਤ ਦਾ ਨਾਂ ਪਰਮਜੀਤ ਹੈ ਤੇ ਰਾਜੀਆਣਾ ਪਿੰਡ ਹੈ, ਮੋਗਾ ਦੇ ਬਾਘਾ ਪੁਰਾਣਾ 'ਚ ਆਈ ਸੀ, ਕੁਝ ਪੈਸਿਆਂ ਦਾ ਲੈਣ ਦੇਣ ਸੀ, ਲਿਮਿਟ ਭਰਨੀ ਸੀ, ਕੁਝ ਪੈਸੇ ਸੁਨਿਆਰਿਆਂ ਦੇ ਵਾਪਸ ਕਰਨੇ ਸੀ ਤੇ ਪੂਰੀ ਵੀਡੀਓ CCTV ਦੇ ਵਿੱਚ ਕੈਦ ਹੋਈ ਹੈ ਤੇ ਇਹੀ ਉਹ ਵਰਨਾ ਗੱਡੀ ਹੈ। ਤਾਂ ਕੋਸ਼ਿਸ਼ ਕਰੋ ਕਿ ਲੱਭ ਸਕੀਏ ਇਹਨਾਂ ਲੁਟੇਰਿਆਂ ਨੂੰ ਤਾਂ ਜੋ ਇਸ ਔਰਤ ਦੇ ਪੈਸੇ ਵਾਪਸ ਮਿਲ ਸਕਣ। ਵਰਨਾ ਕਾਰ ਦੇਖ ਰਹੇ ਹੋ ਤੁਸੀਂ, ਇਸ ਗੱਡੀ ਦੇ ਵਿੱਚ ਲੁਟੇਰੇ ਆਏ ਤੇ ਇਸ ਔਰਤ ਨੂੰ ਨਿਸ਼ਾਨਾ ਬਣਾ ਕੇ ਫਰਾਰ ਹੋ ਗਏ ਨੇ। ਖੰਭੇ ਨਾਲ ਲੱਗਾ ਖੜਾ ਸੀ, ਇੱਕ ਗੱਡੀ ਚ ਬੈਠਾ ਸੀਗਾ, ਮੇਰੇ ਕੋਲੇ ਲਾਲ ਰੰਗ ਦਾ ਲਿਫਾਫਾ, ਨਰੰਜਨ ਕੋਟ ਕਪੂਰੇ ਵਾਲਿਆਂ ਦਾ ਲਿਫਾਫਾ, ਉਹਦੇ ਵਿੱਚ ਮੇਰਾ ਲਾਲ ਰੰਗ ਦਾ ਪਰਸ ਆ, ਸਾਰੇ ਮੇਰੇ ਡਾਕੂਮੈਂਟਾਂ ਵਿੱਚ ਮੇਰੇ ਪੈਸੇ ਆ। ਜਦੋਂ ਮੈਂ ਰੰਜ ਫੜਿਆ ਸੀਗਾ, ਉਹ ਮੁੰਡਾ ਲਾਲ ਟੀ ਸ਼ਰਟ ਵਾਲਾ ਆ, ਕਾਲਾ ਪਜਾਮਾ ਪਾਇਆ, ਉਹਨੇ ਮੇਰੇ ਤੋਂ ਖੋਇਆ, ਮੈਂ ਉਹਦੀ ਪੁੱਤਾਂ ਕਰਕੇ ਬਾਂਹ ਫੜ ਲਈ, ਉਹ ਭੱਜ ਕੇ ਗੱਡੀ 'ਚ ਵੜ ਗਿਆ, ਮੈਂ ਗੱਡੀ ਦਾ ਉਹ ਦੂਜਾ ਹੈਂਡਲ ਫੜ ਕੇ ਅੰਦਰ ਵੜੀ, ਜਿਹੜਾ ਮੁੰਡਾ ਗੱਡੀ ਚਲਾਉਂਦਾ ਸੀ ਉਹਨੇ ਮੈਨੂੰ ਲੱਤ ਮਾਰੀ ਅਤੇ ਮੈਨੂੰ ਬਾਹਰ ਕੱਢਤਾ। ਮੈਂ ਡਿੱਗ ਪਈ, ਉੱਥੇ ਰੌਲਾ ਪਾਇਆ, ਇੱਕ ਮੋਟਰਸਾਈਕਲ ਵਾਲਾ ਜ਼ਰੂਰ ਮਗਰ ਲੱਗਾ, ਹੋਰ ਨਹੀਂ ਉੱਥੇ ਮੇਰੀ ਫਿੰਗਰ। ਕਿਹੜੀ ਬੈਂਕ ਕਿਹੜੀ ਸੀ? ਸੁਨਿਆਰੇ ਦੇ ਵਰਨ ਲੱਗੀ ਉਦੋਂ ਖੋਏ ਉਹਨਾਂ ਨੇ ਮੇਰੇ ਤੋਂ ਇੱਕ ਮੁੰਡੇ ਦੇ ਲਾਲ ਟੀ ਸ਼ਰਟ ਆ ਕਾਲਾ ਪਜਾਮਾ ਇੱਕ ਦੇ ਚਿੱਟੀ ਟੀ ਸ਼ਰਟ ਆ ਕਾਲਾ ਪਜਾਮਾ ਇੱਕ ਉਹ ਜਿਹੜਾ ਚਲਾਉਂਦਾ ਸੀ ਉਹਦੇ ਮੂਹਰੇ ਮੈਂ ਬਹਿਣ ਲੱਗੀ ਹਾਂ, ਖੋਲ ਕੇ ਗੱਡੀ ਉਹ
ਲੱਤ ਮਾਰ ਕੇ ਬਾਹਰ ਸਿੱਟਤਾ। ਮੈਂ ਡਿੱਗ ਪਈ। ਕਿੰਨੀ ਟੋਟਲ ਅਮਾਊਂਟ ਸੀਗੀ ਤੁਹਾਡੀ? ਮੈਂ 5 ਲੱਖ ਰੁਪਈਆ ਲੈ ਕੇ ਆਈ, 7 ਲੱਖ ਦੀ ਮੇਰੀ ਉੱਥੇ ਲਿਮਿਟ ਸੀਗੀ। ਮੈਂ ਡੈਡੀ ਭਰਿਆ। ਤੁਹਾਡੇ ਨਾਲ ਕੋਈ ਹੋਰ ਹੈ ਨਹੀਂ ਸੀ? ਕੋਈ ਮੇਰੇ ਬਾਹਰ ਆ, ਮੈਂ ਇਕੱਲੀ। ਇਕੱਲੇ ਪੈਸੇ ਉਹਨਾਂ ਨੇ ਇਕੱਲੇ ਸੀ।
ਤੇ ਇਹ ਮੋਗਾ ਰੋਡ ਤੇ ਕਿਹੜੀ ਦੁਕਾਨ ਦੀ ਗੱਲ ਕਰਦੇ ਤੁਸੀਂ? ਮੋਗਾ ਜਿਹੜੇ ਜਵੈਲਰ ਮੋਗਾ ਆਹ ਕਿਹੜੇ ਹੋ? ਅੱਛਾ, ਉਹਨਾਂ ਦੇ ਚਲੇ ਗਏ, ਉੱਥੋਂ ਸਾਰੀ ਘਟਨਾ ਵਾਪਰੀ ਆ ਤੇ ਉੱਥੇ ਸੀਸੀਟੀਵੀ ਤਾਂ ਹੋਊਗੀ। ਹਾਂ, ਉੱਥੇ ਵਾਧੂ ਕੈਮਰੇ ਤੇ। ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਮੈਂ ਰਾਜੇ ਨੇ ਦੀ ਪੁੱਤ। ਮੈਂ ਨਾਲੇ ਸਵੇਰੇ ਕਿਹਾ ਵੀ ਉਹਨਾਂ ਨੂੰ, ਮੈਂ ਕਿਹਾ ਨਾ ਮੈਂ ਨਹੀਂ ਭਰ ਕੇ ਆਉਣੇ, ਮੈਨੂੰ ਆਦੇ ਆਪਣੀ ਲਿਮਟ ਭਰਿਆ ਵਿਆਜ ਪਈ ਜਾਂਦਾ। ਕੋਈ ਆਉਂਦਾ ਤੁਹਾਡਾ ਕੋਈ ਪਤਾ ਮਗਰ ਨਾਲ ਆਇਆ? ਪਿੰਡ ਦੇ ਮੈਂਬਰ ਹੁੰਦੇ ਆ। ਕਿਹਨੂੰ ਕਿਹਾ ਤੁਸੀਂ? ਇੱਕ ਸੁਖਵੀਰ, ਇੱਕ ਦੀ ਗੁਰਦੀਪ ਸਿੰਘ ਦੀਪਾ। ਹੋਰ ਕਿਸੇ ਨੂੰ ਕਹਿਣ ਦੀ ਲੋੜ ਹੈ? ਮੈਂ ਕਹਿ ਦਿਆਂ। ਕਿੰਨੇ ਜਾਣੇ ਸੀਗੇ ਉਹ? ਉਹ ਦੋ ਜਾਣੇ ਆ ਪੁੱਤ। ਗੱਡੀ ਦੇ ਵਿੱਚ ਤੁਸੀਂ ਕੋਈ ਨੰਬਰ ਵਗੈਰਾ ਨੋਟ ਕੀਤਾ ਗੱਡੀ ਦਾ? ਮੈਨੂੰ ਤਾਂ 4467 ਹੀ ਦਿਸਿਆ। 4467 ਵਾਲੇ ਮੁੰਡੇ ਕਹਿੰਦੇ ਸਾਡੀ ਗੱਡੀ ਆ।